ਇੱਕ ਪਾਸੇ ਜਿੱਥੇ ਦੇਸ਼ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਬੇਰੁਜ਼ਗਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜਿਸ ਦੇ ਚੱਲਦੇ ਆਏ ਦਿਨ ਨੌਜਵਾਨਾਂ ਵੱਲੋਂ ਰੋਜ਼ਗਾਰ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਕੋਲ ਰੋਜ਼ਗਾਰ ਹੈ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਤਾਜ਼ਾ ਮਾਮਲਾ ਜ਼ਿਲ੍ਹਾ ਪਠਾਨਕੋਟ ਦਾ ਹੈ, ਜਿੱਥੇ BSNL ਦੇ 145 ਠੇਕਾ ਮੁਲਾਜ਼ਮਾਂ ਵੱਲੋਂ ਪਿਛਲੇ 8 ਮਹੀਨੇ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਸਰਕਾਰ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਉਹਨਾਂ ਦੀਆਂ ਤਨਖਾਹਾਂ ਜਲਦ ਦੇਣ ਦੀ ਮੰਗ ਕੀਤੀ ਗਈ। ਇਸ ਸਬੰਧੀ ਜਦ ਰੋਸ ਮੁਜ਼ਾਹਰਾ ਕਰ ਰਹੇ ਮੁਲਾਜ਼ਮਾਂ ਦੇ ਨਾਲ ਨਿਊਜ਼ ਨੰਬਰ ਟੀਮ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਪਿਛਲੇ 1.5 ਸਾਲ ਤੋਂ BSNL ਵਿਖੇ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰ ਰਹੇ ਹਨ, ਪਰ ਪਿਛਲੇ 8 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉਹਨਾਂ ਦੇ ਘਰ ਦੇ ਹਾਲਾਤ ਖਰਾਬ ਹੋ ਚੁੱਕੇ ਹਨ। ਉਹਨਾਂ ਕਿਹਾ ਕਿ 8 ਮਹੀਨੇ ਤਨਖਾਹਾਂ ਨਾ ਮਿਲਣ ਦੇ ਕਾਰਨ ਕੋਈ ਵੀ ਦੁਕਾਨਦਾਰ ਉਹਨਾਂ ਨੂੰ ਸਮਾਨ ਦੇਣ ਨੂੰ ਤਿਆਰ ਨਹੀਂ ਅਤੇ ਨਾ ਹੀ ਉਹਨਾਂ ਵੱਲੋਂ ਅਜੇ ਤੱਕ ਬੱਚੇ ਦੀ ਸਕੂਲ ਐਡਮਿਸ਼ਨ ਕਰਵਾਈ ਗਈ ਹੈ। ਇਸ ਮੌਕੇ ਉਹਨਾਂ ਵਿਭਾਗ ਨੂੰ ਤਨਖਾਹ ਜਲਦੀ ਦੇਣ ਦੀ ਮੰਗ ਕੀਤੀ। ਪਰ ਸਾਨੂੰ 1.5 ਸਾਲ ਦੇ ਵਿੱਚ ਕਿਸੇ ਵੀ ਵਰਕਰ ਨੂੰ ਬਰਾਬਰ EPF ਨਹੀਂ ਮਿਲਿਆ ਹੈਗਾ। ਕਿਸੇ ਦਾ EPF 400 ਆ ਰਿਹਾ ਮਹੀਨੇ ਦਾ, ਕਿਸੇ ਨੂੰ 1000 ਆ ਰਿਹਾ, ਕਿਸੇ ਨੂੰ 1500 ਆ ਰਿਹਾ, ਕਿਸੇ ਨੂੰ 2300 ਆ ਰਿਹਾ। ਬਾਕੀ 8 ਮਹੀਨੇ ਦੇ ਕਿਸੇ ਨੂੰ ਸੈਲਰੀ ਨਹੀਂ ਮਿਲੀ। ਸਾਡੇ ਘਰਾਂ ਦੇ ਹਾਲਾਤ ਬਹੁਤ ਮਾੜੇ ਹੈਗੇ ਆ। ਜੇ ਇੱਥੇ ਆਉਂਦੇ ਹਾਂ ਤਾਂ BSNL ਦੇ ਆਫਿਸ ਉਹ ਸਟਾਫ ਕਹਿੰਦੇ ਆ ਵੀ ਤੁਹਾਡੇ ਇੱਥੇ ਤੱਕ ਬਿੱਲ ਨਹੀਂ ਪਹੁੰਚੇ। ਉਹ ਕੀ ਅਸੀਂ ਬਿੱਲ ਭਜਾਉਣੇ ਆ ਜੀ ਇੱਥੇ? ਜੇ ਅਸੀਂ ਠੇਕੇਦਾਰ ਨੂੰ ਗੱਲ ਕਰਨੀ, ਉਹ ਕਹਿੰਦਾ BSNL ਨਾਲ ਗੱਲ ਕਰੋ। BSNL ਨਾਲ ਗੱਲ ਕਰਨੇ ਆ, ਉਹ ਕਹਿੰਦਾ ਵੀ ਤੁਸੀਂ ਠੇਕੇਦਾਰ ਦੇ ਅੰਡਰ ਤੁਸੀਂ ਉਹਨਾਂ ਨਾਲ ਗੱਲ ਕਰੋ। ਅਸੀਂ ਕੰਮ ਕੀਤਾ ਹੋਇਆ ਸਰ, ਕੋਲੋਂ ਪੈਟਰੋਲ ਖਰਚ ਕੇ ਆਪਣੇ ਲੋਕਾਂ ਦੇ ਘਰ ਟੈਲੀਫੋਨ BSNL ਦੀਆਂ ਸਰਵਿਸਾਂ ਦਿੱਤੀਆਂ। ਇਹ ਵਿੱਚ ਅਸੀਂ ਕਾਫੀ ਜ਼ਿਆਦਾ ਮਿਹਨਤ ਕਰਕੇ ਮਤਲਬ ਕੰਮ ਕੀਤਾ ਹੋਇਆ, ਉਹਦਾ ਸਾਨੂੰ 7-8 ਮਹੀਨੇ ਤੋਂ ਕੋਈ ਸੈਲਰੀ ਨਹੀਂ ਮਿਲਦੀ, ਕੋਈ ਇਹਨਾਂ ਨੇ ਸਾਨੂੰ ESI ਕਾਰਡ ਨਹੀਂ ਦਿੱਤੇ ਹੈਗੇ। ਕੰਸਟਰਕਸ਼ਨ ਕੰਪਨੀ ਗਾਜ਼ੀਆਬਾਦ ਦੇ ਥਰੂ BSNL ਵਿੱਚ ਇੰਪਲਾਈਜ ਕੈਜੂਅਲ ਲੇਬਰ ਸੀਗੇ ਅਤੇ ਸਾਨੂੰ ਪਿਛਲੇ 8 ਮਹੀਨਿਆਂ ਤੋਂ ਕੋਈ ਪੇਮੈਂਟ ਕੋਈ ਕੁਛ ਨਹੀਂ ਮਿਲ ਰਹੀ। ਜਦੋਂ ਅਸੀਂ ਡਿਪਾਰਟਮੈਂਟ ਨਾਲ ਗੱਲ ਕਰਦੇ ਹਾਂ ਤਾਂ ਡਿਪਾਰਟਮੈਂਟ ਕਹਿੰਦਾ ਹੈ ਕਿ ਠੇਕੇਦਾਰ ਨੇ ਪੇਮੈਂਟ ਦੇਣੀ ਹੈਗੀ ਹੈ, ਅਤੇ ਠੇਕੇਦਾਰ ਕਹਿੰਦਾ ਹੈਗਾ ਹੈ ਕਿ ਮੈਂ ਇਨਸੈਂਟਿਵ 'ਤੇ ਕੰਮ ਕਰ ਰਿਹਾ ਅਤੇ ਮੈਂ ਜਦੋਂ ਮੈਨੂੰ BSNL ਪੇਮੈਂਟ ਕਰੇਗਾ ਤਾਂ ਮੈਂ ਆਪਣੀ ਇਨਸੈਂਟਿਵ ਰੱਖ ਕੇ ਅਤੇ ਬਾਕੀ ਦੀ ਪੇਮੈਂਟ ਲੇਬਰ ਨੂੰ ਦਿਆਂਗਾ। ਦੂਜੇ ਪਾਸੇ ਜਦ ਇਸ ਸੰਬੰਧੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ BSNL ਵੱਲੋਂ ਠੇਕੇਦਾਰ ਨੂੰ ਪੇਮੈਂਟ ਕਰ ਦਿੱਤੀ ਗਈ ਹੈ, ਪਰ ਠੇਕੇਦਾਰ ਵੱਲੋਂ ਮੁਲਾਜ਼ਮ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ, ਜਿਸ ਦੇ ਚੱਲਦੇ ਉਹਨਾਂ ਵੱਲੋਂ ਠੇਕੇਦਾਰ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। BSNL ਨੇ ਵੀ ਕੁਛ ਡਿਲੇ ਹੈ, ਲੇਕਿਨ ਜਿਸ ਕੰਟਰੈਕਟਰ ਕੋ ਪੇਮੈਂਟ ਹੋ ਗਈ ਹੈ ਉਨ ਕੰਟਰੈਕਟਰ ਸੇ ਉਨਕੋ ਪੇਮੈਂਟ ਕਰਨੀ ਚਾਹੀਏ। ਇਹ ਜੋ ਕੈਜੂਅਲ ਲੇਬਰਸ ਹੈ ਇਹ ਕੰਟਰੈਕਟਰ ਕੇ ਥਰੂ ਇੰਪਲਾਈਡ ਹੈ, ਕੰਟਰੈਕਟਰ ਕੋ ਜ਼ਿੰਮੇਵਾਰੀ ਹੈ ਉਸਕੀ ਪੇਮੈਂਟ ਕਰਨੇ ਕੀ। ਜਬ ਕੰਟਰੈਕਟਰ ਕੋ ਪੇਮੈਂਟ ਮਿਲ ਗਈ ਹੈ ਤੋ ਆਗੇ ਕਿਉਂ ਨਹੀਂ ਪੇਮੈਂਟ ਕਰ ਰਹਾ ਹੈ, ਕਿ ਉਨਸੇ ਵੀ ਜਾ ਕੇ ਪੁੱਛਣਾ ਚਾਹੀਏ।